ਹਾਂਜੀ ਕਿੱਦਾਂ ਸਾਰੇ ਸਾਰਾ ਸਸਰੀਕਾਲ ਜੀ ਤੇ ਇਹ ਵੀਡੀਓ ਹੈਗੀ ਸੋ ਕਾਲਡ ਫੈਮਿਨਿਜ਼ਮ ਲਈ ਕੁਲਾਟੀ ਵਰਗੀਆਂ ਲਈ ਜਿਹੜੀ ਕੁਲਾਟੀ ਨੇ ਰੌਲਾ ਪਾਇਆ ਨਹੀਂ ਮੈਂ ਸਸਕੁਟਣੀ ਉਹਦੇ ਪ੍ਰੋਡਿਊਸਰ ਕੌਣ ਆ ਪੜ ਲਿਓ ਤੇ ਤੁਹਾਨੂੰ ਸਾਰੀ ਗੇਮ ਸਮਝ ਆ ਜਾਣੀ ਉਹ ਰੌਲਾ ਕਿਉਂ ਪਾਇਆ ਸੀ ਕੁਲਾਟੀ ਨੇ ਤੇ ਦੇਖ ਲਓ ਜੀ ਸਕੋਰ ਟਾਊਨ ਮੈਡੀਕਲ ਹੈ ਮੇਰੇ ਘਰ ਦੇ ਕੋਲੇ ਹੀ ਆ ਫਾਰਮੇਸੀ ਤੇ ਕੁੜੀਆਂ ਪੰਜਾਬੀ ਚਾਰਜ 에어 ਭਰ ਰਹੀਆਂ ਪੰਪ ਦੇ ਨਾਲ ਜਿਹੜਾ ਸਾਈਕਲ ਦੇ ਨਾਲ ਭਰਦਾ ਹੁੰਦਾ ਸੀ ਇਸ 'ਚ ਮੈਂ ਇਹਨਾਂ ਦੀ ਇਨਸਲਟ ਨਹੀਂ ਕਰ ਰਿਹਾ ਤੇ ਨਾਮ ਹੀ ਇਹਨਾਂ ਦਾ ਫੇਸ ਦਿਖਾਇਆ ਇਹ ਹਾਲ ਹੋ ਗਿਆ ਜੀ ਜਿਆਦਾਤਰ ਕੁੜੀਆਂ ਦਾ ਬਲੌਗ ਦੇਖ ਦੇ ਕੇ ਤੇ ਤੁਹਾਨੂੰ ਦਿਖਾਉਣਾ ਹੈ ਤੇ ਜਿਹੜੀਆਂ ਫੈਮਿਨਿਜ਼ਮ ਕੀ ਕਹਿੰਦੇ ਹੋਂ ਤੇ ਫੈਮਿਨਿਜ਼ਮ ਜਿਹੜੀਆਂ ਕੁੜੀਆਂ ਦੇ ਹੱਕਾਂ ਦੀਆਂ ਗੱਲ ਕਰਦੀਆਂ ਆ ਦੋਗ ਚੀਜ਼ਾਂ ਮੇਰੀਆਂ ਸੁਣਿਓ ਇੱਥੇ ਸਰੀ ਦੇ ਲੋਕਲ ਰੇਡੀਓ ਤੇ ਇੱਕ ਮੈਡਮ ਜੀ ਨੇ ਮੇਰੇ ਬਰੋਦ ਦੋ ਪ੍ਰੋਗਰਾਮ ਕੀਤੇ ਸੀ ਤੇ ਤੁਹਾਨੂੰ ਸੁਣਾਉਣਾ ਹੈ ਇਹ ਨਹੀਂ ਬੇੜਾ ਗਰਕ ਕੀਤਾ ਪਿਆ ਨਾ ਲੋਕਾਂ ਨੇ ਤੇ ਤੁਹਾਨੂੰ ਦਿਖਾਉਣਾ ਬਲੌਗਰ ਕਮਾਈ ਕਿੰਨੀ ਕਰਦੇ ਉਹ ਵੀ ਦਿਖਾਉਨੇ ਆ ਜੀ ਆ ਦੇਖ ਲਓ ਬਲੌਗਰਾਂ ਨੂੰ ਦੇਖ ਦੇ ਆ ਹਾਲ ਹੋ ਗਿਆ ਜੀ ਸੋ ਬੈਠਾ ਇੱਥੇ ਮੈਂ ਕਿਸੇ ਦੀ ਇਨਸਲਟ ਨਹੀਂ ਕਰਦਾ ਜਾਂ ਕੁਝ ਵੀ ਇਹ ਕਾਮਨ ਸੈਂਸ ਦਾ ਆ ਹਾਲ ਹੋ ਗਿਆ ਵੀ ਕਾਰ 'ਚ ਜਿਹੜੀ 에ਅ ਆ ਸਾਈਕਲ ਵਾਲੇ ਪੰਪ ਨਾਲ ਭਰੀ ਜਾ ਰਹੀ ਆ ਇਹ ਮੇਰੇ ਘਰਾਂ ਦੇ ਕੋਲ ਹੀ ਆ ਸਕਾਟ ਤੇ ਫਾਰਮੇਸੀ ਉਹ ਪਿੱਛੇ ਲਿਖਿਆ ਸਕਾਟਾਊਨ ਮੈਡੀਕਲ ਮੈਂ ਦਿਖਾਉਣਾ ਕੀ ਚਾਹਣਾ ਦਿਖਾਉਣਾ ਇਹ ਚਾਹਣਾ ਬਾਈ ਜੀ ਇੱਕ ਇੰਗਲੈਂਡ ਤੋਂ ਆ ਬੇਅਕਲ ਉਹਦੀ ਲਗਾਮ ਪਤਾ ਨਹੀਂ ਕਿਨੇ ਛੱਡਿਓ ਬਾਈ ਜੀ ਚਲੋ ਠੀਕ ਆ ਪਾਉਂਦੀ ਸੀ ਸਾਨੂੰ ਕਿ ਉਹਦੀ ਜ਼ਿੰਦਗੀ ਆ ਜੋ ਮਰਜੀ ਆ ਪਰ ਜਦੋਂ ਬਾਈ ਜੀ ਆਤ ਹੀ ਹੋ ਜਾਵੇ ਫਿਰ ਬੋਲਣਾ ਪੈਂਦਾ ਆ ਹਾਂਜੀ ਹੁਣ ਮੈਂ ਸੋਸ਼ਲ ਮੀਡੀਆ ਮੇਰੇ ਕੋਲ ਆ ਮੈਨੂੰ ਚਾਰ ਲੋਕ ਸੁਣਦੇ ਆ ਤੇ ਤਾਂ ਉਹਦੀਆਂ ਕਰਤੂਤਾ ਉਹ ਮਾਈ ਦੇ ਪੈਰ ਕਬਰਾਂ ਚ ਉਹਦੀਆਂ ਸੁਣਾਉਣਾ ਬਾਈ ਉਹਨੇ ਤਾਂ ਬੇੜਾ ਹੀ ਕਰਕੇ ਕਰਤਾ ਉਹਨੇ ਵੀਡੀਓ ਪਾਈ ਅੱਜ ਆ ਸੁਣੋ ਕੀ ਕਹਿੰਦੀ ਆ ਸੁਣੋ ਮੈਂ ਕਹੋ ਬੋਲ ਕੇ ਕਪਾ ਦੀ ਫੁੱਟੀ ਆਪਣੀ ਜੀ ਫੜੋ ਕਵਾ ਹਲੋ ਜੀ ਸੁਣ ਲਓ ਕੀ ਕਹਿੰਦੀ ਆ ਕਹਿੰਦੀ ਜੀਬ ਨੂੰ ਆਪਣੀ ਨੂੰ ਮੂੰਹ ਚ ਹੋ ਕਰਕੇ ਤੇ ਕਹੋ ਦਵਾਰਾ ਸੁਣਿਓ ਬੋਲ ਕੇ ਕਪਾ ਦੇ ਫੁੱਟੇ ਆਪਣੀ ਜੀ ਫੜੋ ਹਲੋ ਜੀ ਬਾਈ ਜੀ ਜੀਬ ਨੂੰ ਆਪਣੀ ਨੂੰ ਘੁੱਟ ਕੇ ਫਿਰ ਜੋ ਜੋ ਬੋਲ ਨਿਕਲਦੇ ਆ ਮੂੰਹ ਚੋਂ ਮੈਂ ਇੱਥੇ ਸੁਣਾ ਵੀ ਨਹੀਂ ਸਕਦਾ ਇਹ ਕਾਲੀਆਂ ਕਰਤੂਤਾਂ ਦੀ ਮਾਲਕਣ इंग्लंड ਤੋਂ ਇਹ ਕਰਦੀ ਪਈ ਆ ਤੇ ਬਲੌਗਰ ਕਮਾਈਆਂ ਕਿੰਨੀਆਂ ਕਰਦੇ ਇਹ ਬਿਸ਼ਰਮ ਇੰਨੇ ਕਿਉਂ ਹੋਇਓ ਤੁਹਾਨੂੰ ਇਹ ਵੀ ਦਿਖਾਉਣਾ ਤੇ ਇੱਕ ਹੋਰ ਨਵੀਂ ਆਈਟਮ ਆਈ ਆ ਕੈਨੇਡਾ ਚ ਕਿ ਨਮੀ ਨਮੀ ਆਈ ਆ ਉਹਦਾ ਵੀ ਸੁਣ ਲਓ ਇੱਕ ਸਕਿੰਟ ਆ ਸੁਣੋ ਜੀ ਬਿਕਾਜ਼ ਮਾਈ ਨਿਊ ਰੂਮਮੇਟ ਇਜ਼ ਸੋ ਫਨੀ ਉਹ ਵਧੀਆ ਨੇਚਰ ਆ ਇਹਨਾਂ ਦਾ ਮਾਈ ਫੇਵਰੇਟ ਫੂਡ ਪਿੰਨੀਆ ਲਓ ਜੀ ਤੁਹਾਡੀ ਫੇਵਰੇਟ ਮੇਰੀ ਵੀ ਸੁਣਿਓ ਮਣਜਾ ਮਾਈ ਫੇਵਰਿਟ ਫੂਡ ਮੇਡ ਵਿਦ ਸੋ ਮਚ ਆਫ ਲਵ ਖਾਣਾ ਵਗੈਰਾ ਖਾ ਲਿਆ ਐਂਡ ਫਰੈਸ਼ਨ ਅਪ ਹੋ ਗਿਆ ਮੈਂ ਤੇ ਬਹੁਤ ਵਧੀਆ ਲੱਗ ਰਿਹਾ ਬਾਥ ਲੈ ਕੇ ਲਓ ਜੀ ਕਹਿੰਦੀ ਬਾਥ ਲੈ ਕੇ ਬਹੁਤ ਵਧੀਆ ਲੱਗ ਰਿਹਾ ਬਾਥਰੂਮ ਚੋਂ ਆਈ ਜਾਂ ਨਿਕਲ ਕੇ ਇਹਦੇ ਵੀ ਲੱਖ ਫਾਲੋ ਹੋ ਰਿਆ ਤੇ ਲੋਕਾਂ ਸਾਹਮਣੇ ਖੜੀ ਕਹਿ ਰਹੀ ਬਾਥਰੂਮ ਚੋਂ ਨਿਕਲ ਕੇ ਆ ਕੇ ਬਹੁਤ ਵਧੀਆ ਲੱਗ ਰਿਹਾ ਬਾਥ ਲੈ ਕੇ ਭਾਈ ਜੀ ਮਹੀਨਾ ਦੋ ਮਹੀਨੇ ਦਾ ਟਾਈਮ ਆ ਇਨੀ ਬਾਥਰੂਮਾਂ ਚ ਕੈਮਰੇ ਲੈ ਜਾਣੇ ਨਹਾਉਂਦੀਆਂ ਤੋਂ ਉਹਦੀਆਂ ਸਾਰਾ ਕੁਝ ਹੀ ਨਹੀਂ ਦਿਖਾਉਣਾ ਆ ਸੋ ਪੈਸਾ ਹੀ ਨਾਲ ਹੀ ਸਾਰਾ ਕੁਝ ਆ ਬਿ ਸ਼ਰਮੀ ਦੀਆਂ ਹੀ ਨਹੀਂ ਹੱਦਾਂ ਪੂਰੀਆਂ ਪਾਰ ਕਰ ਦਿੱਤੀਆਂ ਆ ਸੋ ਜਿਹੜੀ ਮੈਡਮ ਕੁਲਾਟੀ ਆ ਹਾਂਜੀ ਸੋ ਚਲੋ ਇਹ ਤਾਂ ਨੀ ਮੈਂ ਸੱਸ ਕੁੱਟਣੀ ਦੇ ਜਿਹੜੇ ਪ੍ਰੋਡਿਊਸਰ ਆ ਗੁਪਤੇ ਉਹਦਾ ਦਾ ਮੈਡਮ ਕੁਲਾਟੀ ਨਾਲ ਕੀ ਰਿਸ਼ਤਾ ਉਹ ਲੱਭ ਲਿਓ ਆ ਭਾਈ ਤੇ ਜਿਹੜਾ ਡਾਇਰੈਕਟਰ ਆ ਪ੍ਰਵੀਨ ਕੁਮਾਰ ਉਹਨਾਂ ਕੀ ਰਿਸ਼ਤਾ ਉਹ ਕਾਲਾ ਮਾਲਾ ਚਲੋ ਉਹ ਗੇਮ ਛੱਡੋ ਸੋ ਇੱਥੇ ਇੱਕ ਸਰੀ ਦੇ ਮੈਡਮ ਆ ਉਹਨਾਂ ਨੇ ਮੇਰੇ ਵਿਰੁੱਧ ਦੋ ਪ੍ਰੋਗਰਾਮ ਕੀਤੇ ਸੀ ਵੀ ਤੂ ਕੁੜੀਆਂ ਨੂੰ ਇਦਾਂ ਕਹਿਣਾ ਹਾਂਜੀ ਸੋ ਤੁਸੀਂ ਹੀ ਦੱਸੋ ਹੁਣ ਜਿਹੜੀ ਆ ਜਿਹਦੀ ਲਗਾਮ ਛੱਡੀਓ ਇੰਗਲੈਂਡ ਵਾਲੀ ਦੀ ਇਹਦੇ ਵਿਰੁੱਧ ਬੋਲੋ ਤਾਂ ਹੁਣ ਕੋਈ ਸ਼ਰਿਆਮ ਕਿੰਨੀ ਗੰਦੀ ਸ਼ਬਦਾਵਲੀ ਬਾਈ ਜੀ ਮੈਂ ਤਾਂ ਇੱਥੇ ਸੁਣਾ ਵੀ ਨਹੀਂ ਸਕਦਾ ਤੁਹਾਨੂੰ ਤੇ ਆਪਣੇ ਲੋਕ ਵੀ ਮੋਹਰੇ ਉਦਾਂ ਦੇ ਉਹਦੀ ਸਭ ਤੋਂ ਆ ਦੇਖੋ ਸਭ ਤੋਂ ਵੀਡੀਓ ਵੀ ਉਹਦੀ ਹੀ ਚੱਲੀ ਆ ਆ ਦੇਖੋ ਜੀ ਤੇ ਆ ਦੇਖੋ ਇਹ 1500 ਸ਼ੇਅਰ ਹੋ ਚੁੱਕਾ ਹੈ 1 ਘੰਟੇ ਚ 1500 ਤੋਂ ਵੱਧ ਸ਼ੇਅਰ ਹੋ ਗਿਆ ਦੇਖੋ ਜੀ ਕਮੈਂਟ ਸਾਰੇ ਕੁੜੀਆਂ ਦੇ ਬਹੁਤ ਵਧੀਆ ਆਂਟੀ ਜੀ ਬਹੁਤ ਵਧੀਆ ਆਂਟੀ ਜੀ ਬਹੁਤ ਵਧੀਆ ਆਂਟੀ ਜੀ ਹੱਲਾ ਸ਼ੇਰੀ ਦਿਨੀਆਂ ਖੱਲਾ ਸ਼ੇਰੀ ਨਾ ਤਿਆ ਕਰੋ ਇਦਾਂ ਦੀਆਂ ਚੀਜ਼ਾਂ ਨੂੰ ਤੁਸੀਂ ਬੇੜਾ ਗਰਕ ਕਰਤਾ ਪੰਜਾਬ ਦਾ ਤੇ ਹਾਂਜੀ ਇਹ ਬਿਸ਼ਰਮ ਕਿਉਂ ਇੰਨੇ ਲੋਕ ਹੋਇਓ ਕਮਾਈ ਕਿੰਨੀ ਕਰਦੇ ਇਹ ਵੀ ਤੁਹਾਨੂੰ ਦਿਖਾ ਦਿੰਨਾ ਆ ਲਓ ਜੀ ਸਲਫਾਸ ਵਾਲਾ ਜਿਨੇ ਆਪਣੀ ਭੈਣ ਦਾ ਵਿਆਹ ਲੋਕਾਂ ਤੋਂ ਡੋਨੇਸ਼ਨ ਮੰਗ ਕੇ ਕਰਾਇਆ ਸੀ ਕਿੰਨੇ ਪੈਸੇ ਕਮਾਉਂਦਾ ਇਹ ਇੰਨੇ ਪੈਸੇ ਇੱਕ ਦਿਨ ਦੇ ਕਮਾਉਂਦਾ ਤੁਹਾਨੂੰ ਮੂਰਖਾ ਨੂੰ ਮੂਰਖ ਬਣਾ ਕੇ ਭੇਡਾਂ ਨੂੰ ਖੋਪੇ ਲਾ ਲਓ ਇੱਕ ਦਿਨ ਦੇ ਨੇ ਪੈਸੇ ਕਮਾਉਂਦਾ ਜਿੰਨੇ ਇੱਕ ਆਮ ਇਨਸਾਨ ਇੰਡੀਆ ਚ ਪੂਰਾ ਮਹੀਨਾ ਮਰ ਮਰ ਕੇ ਕਮਾਉਂਦਾ ਇਹ ਇੱਕ ਦਿਨ ਦੇ ਕਮਾਉਂਦਾ ਆ ਹਾਂਜੀ ਸਹੀ ਸੁਣਿਆ ਤੁਸੀਂ ਇਹ ਨਾਮ ਸਲਫਾਸ ਵਾਲੇ ਦਾ ਦੇਖ ਸਕਦੇ ਆ ਇਹਦੀ ਇੱਕ ਦਿਨ ਦੀ ਕਮਾਈ ਜਿਹੜੀ ਐਵਰੇਜ ਆ 200 ਅਮਰੀਕਨ ਡਾਲਰ ਸੋ 150 ਅਮਰੀਕਨ ਡਾਲਰ ਐਵਰੇਜ ਆ 137 116 ਸੋ 1.6 1000 ਤੱਕ ਵੀ ਆ ਹਾਂਜੀ ਸਹੀ ਦੇਖਿਆ ਤੁਸੀਂ ਸੋ 183 ਤੋਂ ਲੈ ਕੇ 3000 ਡਾਲਰ ਇੱਕ ਦਿਹਾੜੀ ਦਾ ਸੋ ਐਵਰੇਜ ਆਪਾਂ 2000 ਨਹੀਂ ਲਾਉਨੇ ਆ ਭਾਏ ਬ੍ਰੇਜ 200 ਲਾਉਨੇ 100 200 ਡਾਲਰ ਇੱਕ ਦਿਹਾੜੀ ਦਾ ਕਮਾ ਰਿਆ ਇਹ YouTube ਤੋਂ ਜਿਹੜਾ ਕਿ ਹੋ ਗਿਆ 15000 ਰੁਪਈਆ 15 ਤੋਂ 20000 ਰੁਪਈਆ ਇਹ ਦਿਹਾੜੀ ਦਾ ਕਮਾ ਰਿਆ ਐਵੇਂ ਨਹੀਂ ਇਹ ਕਰਤੂਤਾਂ ਕਰਦਾ ਰਹਿੰਦਾ ਤੇ ਮੋਰਿਓ ਮੂਰਖ ਭੇਡਾਂ ਇਹਨਾਂ ਨੂੰ ਦੇਖਣ ਆਲੀਆਂ ਇਹਨਾਂ ਨੂੰ ਸਪੋਰਟ ਕਰਨ ਆਲੀਆਂ ਕੋਈ ਚੱਜ ਦੀ ਚੀਜ਼ ਦੇਖ ਲਿਆ ਕਰੋ ਜਿਹੜਾ ਤੁਹਾਡਾ ਭਲਾ ਹੋਜੂ ਤੁਹਾਡੇ ਪਰਿਵਾਰ ਦਾ ਭਲਾ ਹੋਜੂਗਾ ਸਹੀ ਹੈ ਨਾ ਇੱਕ ਹੋਰ ਆ ਆਸਟ੍ਰੇਲੀਆ ਤੋਂ ਲੰਡਰ ਕੀਰਤ ਉਹਨਾਂ ਦੀ ਵੀ ਦਿਖਾ ਦੇਣਾ ਬਾਈ ਜੀ ਉਹਨਾਂ ਦੇ ਤਾਂ ਨਜ਼ਾਰੇ ਹੀ ਨਜ਼ਾਰੇ ਆ ਸੋ ਆ ਲੰਡਰ ਕੀਰਤ ਦੀ ਘਰ ਵਾਲੀ ਦੀ ਬਾਈ ਜੀ ਟਿਕਟੌਕ ਤੇ ਇੰਨੀ ਇਨਸਲਟ ਕਰਦੇ ਲੋਕ ਯਾਰ ਬੰਦੇ 'ਚ ਮਾੜੀ ਜੀ ਵੀ ਤੜ ਹੋਵੇ ਬੰਦਾ ਕੰਦਾ ਨਹੀਂ ਭਰਾਵੋ ਮੈਂ ਨਹੀਂ ਕਰਦਾ ਚਲੋ ਮੈਂ ਤਾਂ ਸੱਭੇ ਕ ਸ਼ਬਦਾਵਲੀ 'ਚ ਗੱਲਾਂ ਕਹਿਣਾ ਹੁੰਦਾ ਟਿਕਟੌਕ ਤੇ ਦੇਖਿਓ ਇਹਦੀ ਘਰ ਵਾਲੀ ਨੂੰ ਕਿੱਦਾਂ ਕਹਿੰਦੇ ਲੋਕ ਪਈਓ ਸ਼ਬਦ ਬੰਦੇ ਨੂੰ ਸੁਣ ਕੇ ਪਈ ਕਾਲਜਾ ਫੱਟਦਾ ਪਈ ਇਦਾਂ ਕੋਈ ਕਹਿ ਕਿੱਦਾਂ ਜਾਊ ਕਿਸੇ ਦੀ ਘਰ ਵਾਲੀ ਨੂੰ ਹਾਂਜੀ ਤੇ ਦੇਖੋ ਇਹਨਾਂ ਦੀ ਕਮਾਈ ਦੇਖੋ ਜੀ ਲੰਡਰ ਕੀਰਤ ਇਹਨਾਂ ਨੂੰ ਵੀ ਬੀਬੀਆਂ ਹੀ ਦੇਖਦੀਆਂ ਮੋਸਟਲੀ ਬਾਹਰ ਲੀਆਂ ਸੋ ਆਹ ਦੇਖੋ ਇਹਨਾਂ ਦੀ ਕਮਾਈ ਦਿਖਾਉਣਾ ਤੁਹਾਨੂੰ ਸੋ ਦੇਖੋ ਜੀ ਇਹਨਾਂ ਦੇ ਸਬਸਕ੍ਰਾਈਬਰ ਦੇਖੋ 5 ਲੱਖ ਹੋ ਚੱਲੇ ਆ ਬਾਈ ਜੀ 5 ਲੱਖ 5 ਲੱਖ ਚੋਂ 97% 99% ਬੀਬੀਆਂ ਫੀਮੇਲ ਆ ਮੈਨੂੰ ਨਹੀਂ ਸਮਝ ਲੱਗਦੀ ਸੋ ਹਾਂਜੀ ਜਿਹੜੀਆਂ ਇਹਨਾਂ ਨੂੰ ਦੇਖਦੀਆਂ ਫਿਰ ਉਹ ਕਾਰ 'ਚ ਹਵਾ ਫਿਰ ਸਾਈਕਲ ਵਾਲੇ ਪੰਪ ਨਾਲ ਹੀ ਭਰਦੀਆਂ ਆ ਹੁਣ ਕੀ ਸਮਝਾਵੇ ਹਾਂ ਜੀ ਜਦੋਂ ਮੈਂ ਕੋਈ ਗੱਲ ਕਹਿੰਦਾ ਹੁੰਦਾ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਜਿਹੜੀਆਂ ਦੇਖਦੀਆਂ ਆਪਾਂ ਉਹਨਾਂ ਨੂੰ ਕਹਿੰਨੇ ਆ ਬਾਈ ਜੀ ਹਾਂ ਦੇਖੋ ਤੇ ਇਹਨਾਂ ਦੀ ਕਮਾਈ ਦਿਹਾੜੀ ਦੀ ਹੈਗੀ ਆ ਇਹਨਾਂ ਦੀ ਵੀ ਮਤਲਬ 4 ਤੋਂ 500 ਡਾਲਰ ਦਿਹਾੜੀ ਦਾ ਇਹ ਵੀ ਕਮਾਉਂਦੇ ਆ ਹਾਂਜੀ ਸੋ ਆਸਟ੍ਰੇਲੀਆ ਚ ਬਹਿਲੇ ਰਹਿ ਕੇ ਐਵੇਂ ਨਹੀਂ ਕਰ ਲਿਆ ਹੋ ਜਾਂਦਾ ਮੈਲਬੌਰਨ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਆ ਲੱਖ ਡਾਲਰ ਦੀ ਐਵੇਂ ਨਹੀਂ ਟੈਸਲਾ ਲੈ ਹੋ ਜਾਂਦੀ ਹੁਣ ਕਈ ਇਹਨਾਂ ਦੇ ਭਗਤ ਕਹਿੰਦੇ ਸੜਦਾ ਆ ਉਹ ਭਰਾਵੋ ਸੜਨਾ ਮੈਂ ਨਹੀਂ ਨਾ ਜੋ ਸੜਨਾ ਯਾਰ ਹੱਦ ਆ ਐਂ ਛੜੂੰਗਾ ਤਾਂ ਮੈਂ ਟੈਸਲਾ ਦੇ ਮਾਲਕ ਤੋਂ ਸੜੂੰ ਅਬਾਨੀਆਂ ਅਡਾਨੀਆਂ ਤੋਂ ਸੜੂੰਗਾ ਹਾਂਜੀ ਮੈਂ ਤਾਂ ਸਗੋਂ ਤੁਹਾਨੂੰ ਆਪ ਕਹਿੰਦਾ ਤੁਸੀਂ ਪੈਸੇ ਕਮਾਓ ਉਹਨਾਂ ਦੇਖੋ ਆ ਬੀਬੀ ਬੀਬੀ ਜੀ ਦਿਹਾੜੀ ਦਾ ਇੰਡੀਆ ਦਾ ਲਾਈਕ ਕਿੰਨੇ ਕਹਿ ਦੀਏ ਮਤਲਬ 40 ਤੋਂ 50000 ਰੁਪਇਆ ਦਿਹਾੜੀ ਦਾ ਇਹਨਾਂ ਦਾ ਬਣਿਆ ਆ ਮੈਂ ਅੱਖੀਂ ਦੇਖਿਆ ਇਹਨਾਂ ਦੇ ਬਾਈ ਜੀ ਇਹਨਾਂ ਚ ਟੈਲੈਂਟ ਆ ਮੈਂ ਤਾਂ ਆਪ ਕਹਿੰਨਾ ਭਰਾ ਬੋ ਤੇ ਭੈਣੋ ਜੇ ਤੁਹਾਡੇ ਚ ਕੋਈ ਟੈਲੈਂਟ ਆ ਸੋ ਉਹਨੂੰ ਯੂਜ਼ ਕਰੋ ਇਹਨਾਂ ਨੇ ਸਮੋਸੇ ਦੀ ਵੀਡੀਓ 140 ਮਿਲੀਅਨ ਅਸਲੀ ਵਿਊ ਆ ਇਹ ਮਾਤਾ ਜੀ ਚ ਟੈਲੈਂਟ ਆ ਫੂਡ ਬਣਾਉਂਦੇ ਆ ਵੱਖਰੇ ਵੱਖਰੇ ਹਾਂ ਜੀ ਸੋ ਇਹਨਾਂ ਦਾ ਵੈਜ ਵਿਲੇਜ ਫੂਡ ਚੈਨਲ ਆ ਹਾਂਜੀ ਮੈਂ ਤਾਂ ਜੀ ਚ ਟੈਲੈਂਟ ਆ ਮੈਂ ਤਾਂ ਕਹਿੰਦਾ ਉਹਨੂੰ ਸਬਸਕ੍ਰਾਈਬ ਕਰੋ ਆਪਾਂ ਤਾਂ ਕਹਿੰਦੇ ਹੱਲਾ ਸ਼ੇਰੀ ਦਿਨੇ ਵੀ ਤੁਸੀਂ ਵੀ ਚੈਨਲ ਬਣਾਓ ਤੁਹਾਡੇ ਜੀ ਕੋਈ ਟੈਲੈਂਟ ਤੁਹਾਡੇ ਬੱਚੇ ਚ ਕੋਈ ਡਾਂਗ ਦਾ ਕੋਈ ਕੁਛ ਕੋਈ ਕੁਛ ਤੁਸੀਂ ਵੀ ਚਾਰ ਪੈਸੇ ਕਮਾ ਲਓ ਆਪਾਂ ਤਾਂ ਕਹਿੰਦੇ ਆਪਾਂ ਯਾਰ ਕਾਤੇ ਸੜਨਾ ਕਿਸੇ ਤੋਂ ਸੋ ਬਾਈ ਜੀ ਦੇਖੋ ਮਾਤਾ ਜੀ ਨੇ ਕਿੰਨਾ ਕੁਝ ਬਣਾਉਂਦੇ ਮਿਲਕ ਸ਼ੇਕ ਕੈਡਬਰੀ ਦਾ ਜੋ ਵੀ ਹਾਂਜੀ ਇਹਨਾਂ ਦੀ ਵੀਡੀਓ ਦੇ ਵਿ ਵਰਤੇ ਆ ਜਾਂਦਾ 140 ਮਿਲੀਅਨ ਵਿਊ ਇਹ ਸਾਰੀ ਉਮਰ ਦੀ ਕਮਾਈ ਆ ਬਹੁਤ ਵਧੀਆ ਇਹਨਾਂ ਦੇ ਪੈਸੇ ਬਣਦੇ ਬਣਨੇ ਵੀ ਚਾਹੀਦੇ ਆ ਮਿਹਨਤ ਵੀ ਬਹੁਤ ਆ ਹਾਂਜੀ ਹੋਈ ਨਾ ਕੋ ਥੋੜੋ ਵੀ ਕਪੜਾ ਮੜ ਜਾ ਇਧਰੋਂ ਚੱਕ ਤਾ ਘਰ ਵਾਲੀ ਦਾ ਮੜ ਜਾ ਇਧਰੋਂ ਚੱਕ ਤਾ ਹਾਂਜੀ ਉਹ ਨਹੀਂ ਆਹ ਹੈ ਜੀ ਟੈਲੈਂਟ ਸੋ ਜੇ ਤੁਹਾਡੇ ਚ ਕਿਸੇ ਬੀਬੀ ਭੈਣ ਦੇ ਟੈਲੈਂਟ ਹੈਗਾ ਚੈਨਲ ਸ਼ੁਰੂ ਕਰ ਲਓ ਸੋ ਆਪਾਂ ਤਾਂ ਕਹਿੰਨੇ ਆ ਪਰ ਆ ਜਿਹੜੀ ਬਿਸ਼ਰਮੀ ਦੀਆਂ ਇਹ ਨਹੀਂ ਹੱਦਾਂ ਪਾਰ ਕੀਤੀਆਂ ਇਹਨਾਂ ਦੇ ਤਾਂ ਆਪਾਂ ਇਦਾਂ ਹੀ ਵੀਡੀਓ ਪਾਵਾਂਗੇ ਸਿੱਧੀ ਜੀ ਗੱਲ ਆ ਹਾਂਜੀ ਸੋ ਉਹ ਹੀ ਗੱਲ ਆ ਟੈਲੈਂਟ ਦਾ ਸਹੀ ਇਸਤੇਮਾਲ ਕਰੋ YouTube ਤੇ ਚਾਰ ਪੈਸੇ ਤੁਸੀਂ ਕਮਾਓ ਤੇ ਬਾਕੀ ਜੇ ਨਹੀਂ ਆ ਫਿਰ ਹਾਲ ਤੁਹਾਡਾ ਆਹੀ ਹੋਣਾ ਆ ਕੈਨੇਡਾ ਚ ਆ ਗਏ ਵੀ ਫੇਪ ਕਾਰ ਚ ਹਵਾ ਸਾਈਕਲ ਵਾਲੇ ਪੰਪ ਨਹੀਂ ਭਰਨੀ ਆ ਬਲੌਗਰਾਂ ਨੂੰ ਦੇਖ ਦੇਖ ਕੇ ਇਹ ਹਾਲ ਹੋ ਜਾਂਦਾ ਦਿਮਾਗ ਦਾ ਸਹੀ ਹੈ ਨਾ ਸੋ ਮਰਜੀ ਵੀ ਤੁਹਾਡੀ ਆ ਤੁਸੀਂ ਕੀ ਦੇਖਣਾ ਕੀ ਕਰਨਾ ਤੇ ਜ਼ਿੰਦਗੀ ਵੀ ਤੁਹਾਡੀ ਆ ਸਹੀ ਹੈ ਨਾ ਤੇ ਭਰਾਵੋ ਬਾਕੀ ਮੈਂ ਆਪ ਰੋਲਾ ਪਾਉਣ ਰੇ ਨਾ ਕਲਿੱਕਾਂ ਸਾਨੂੰ ਹੁੰਦੀਆਂ ਨਹੀਂ ਆਪਾਂ ਕਹਿ ਦਈਦਾ ਆ ਯਾਰ ਹਾਂਜੀ ਚਲੋ ਆ ਲਿੰਕ ਪਾ ਦੇਣਾ ਆਪਾਂ indi radio.ce ਭਾਰਤ ਜਿਵੇਂ ਰ ਟਵਿੱਟਰ ਵੀ ਬੈਨ ਹੋ ਗਿਆ ਸੀ ਰੇਡੀਓ ਵੀ ਬੈਨ ਹੋ ਗਿਆ ਸਰਕਾਰਾਂ ਨੇ ਮੱਥੇ ਲਾਇਓ ਆ ਹਾਂਜੀ ਸੋਸ਼ਲ ਵਿੱਚ ਕਈ ਮੈਨੂੰ ਕਮੈਂਟ ਕਰਨਦੇ ਵੀ ਤੂੰ ਵੀ ਪੈਸੇ ਕਮਾਉਣਾ ਚਲੋ ਮੈਂ ਤਾਂ ਇੰਨੇ ਕਮਾਉਂਦਾ ਨਹੀਂ ਮੇਰੇ ਵੀ ਬਾਕੀ ਟਾਈਮ ਪਾਸ ਹੋ ਗਈ ਆ ਚਲੋ ਮੰਨ ਲਓ ਇੱਕ ਚਲੋ ਮੰਨ ਲਓ ਇੱਕ ਤੌਰ ਤੇ ਵੀ ਮੈਂ ਪੈਸੇ ਕਮਾਉਣਾ ਪਰ ਮੱਥਾ ਵੀ ਭਰਾਵੋ ਮੋਦੀ ਨਾਲ ਆਇਆ ਸਰਕਾਰਾਂ ਨਾਲ ਆਇਆ ਜਾਂ ਤਾਂ ਇਹ ਵੀ ਮੱਥਾ ਸਰਕਾਰਾਂ ਨਾਲ ਲਾਉਣ ਮੈਂ ਵੀ ਇਹਨਾਂ ਨੂੰ ਬੱਲੇ ਬੱਲੇ ਕਰੂੰਗਾ ਵੀ ਹਾਂ ਬਹੁਤ ਵਧੀਆ ਕੰਮ ਕਰ ਰਿਹਾ ਹੈ ਲਾਉਣ ਤਾਂ ਮੱਥੇ ਸਰਕਾਰਾਂ ਨਾਲ ਸਿੰਘਾ ਸ਼ਹੀਦਾਂ ਦੀਆਂ ਜਿਹੜੇ ਜੇਲਾਂ ਚ ਬੰਦਿਆ ਉਹਨਾਂ ਦੀ ਰਿਹਾਈ ਲਈ ਪਾਉਣ ਤਾਂ ਪੋਸਟਾਂ ਜੱਗੀ ਜੋ ਲਈ ਸਵਾਦ ਤਾਂ ਫੇਰਿਆ ਨਾ ਸਵਾਦ ਤਾਂ ਫੇਰਿਆ ਵੀ ਜਿਹੜੇ ਚਾਰ ਲੋਕ ਪਿੱਛੇ ਲਾਇਓ ਉਹਨਾਂ ਦੇ ਖਾਣੇ ਵੀ ਪਾਉਣ ਪਈ ਆਪਾਂ ਕਿਹੜੇ ਪਾਸੇ ਨੂੰ ਤੁਰਿਓ ਆ ਸਹੀ ਹੈ ਨਾ ਤੇ ਬਾਕੀ ਦੇਖ ਲਓ ਜੀ ਤੇ ਬਾਕੀ ਲਿੰਕ ਪਾਉਣਾ ਜੀ ਇੱਕ ਸਿਰੇ ਤੇ ਐਡ ਆਉਣੀ ਆ ਇੱਕ ਆਪਣੇ ਸਿਰ ਤੇ ਸਭ ਨੂੰ ਪਤਾ ਹੀ ਆ ਕਲਿੱਕ ਕਰਦੇ ਹੋ ਭਰਾਵੋ ਵੈਸੇ ਕਰਦੇ ਤਾਂ ਹੈ ਨਹੀਂ ਸਵਾ ਸਾਲ ਤੋਂ ਰੋਲਾ ਪਾ ਰਿਆ ਆ ਮਰਜੀ ਵੀ ਤੁਹਾਡੀ ਆ ਜ਼ਿੰਦਗੀ ਵੀ ਤੁਹਾਡੀ ਆ ਓਕੇ ਜੀ ਤੇ ਬਾਕੀ ਵਿਚਾਰ ਦਿਓ ਜੀ ਇਹਦੇ ਬਾਰੇ ਤੇ ਆਂਟੀ ਜਿਹੜੀ ਇੰਗਲੈਂਡ ਵਾਲੀ ਇਹਦਾ ਹੀਲਾ ਦੱਸੋ ਯਾਰ ਕੀ ਕਰੀਏ ਹਾਂਜੀ ਤੇ ਆ ਬੀਬੀਆਂ ਦੀ ਸ਼ਾਇਦ ਹਵਾ ਭਰੀ ਗਈ ਹੁਣੀ ਕਾਰ ਚ ਲੱਗੀਆਂ ਕਦੋਂ ਦੀਆਂ ਤੇ ਬਾਕੀ ਲਿੰਕ ਪਾਉਣਾ ਕਲਿੱਕ ਕਰੋ ਆਪਣੇ ਵਿਚਾਰ ਵੀ ਤੁਸੀਂ ਦਿਓ ਤੁਹਾਡੇ ਕਮੈਂਟ ਪੜਦਾ ਸਾਰਿਆਂ ਸੱਸ਼ਰੀ ਕਾਲ ਤੇ ਭੇਡਾਂ ਦਾ ਕਾਲ